किसान मजदूर संघर्ष कमेटी पंजाब दे सूबा प्रधान सतनाम सिंह पन्नू, जनरल सकत्तर सरबन सिंह पंदेर, लखविंदर सिंह बरियाम नंगल, जिला प्रधान अमृतसर ने किसान मजदूर महारैली नूं संबोधन करदिआं कहा कि जिस तरीके नाल पंजाब दी धरती तो अंदोलन व्यापक अते विशाल पद्धर ते नवीआं सिखरां नूं छू रिहा है अते पूरे देश विच इस अंदोलन दा फैलाव हो रिहा है। खेती दे तीन कानून सारियां फसलां दी सरकारी खरीद दी गरंटी दा कानून बनाउण आदि मंगां नूं मनाउण लई मोदी सरकार दे विरोध विच आम लोकां दा विरोध रूपी लावा जिस तरह नाल फट रिहा है उह मौजूदा समें विच किसानां मजदूरां दी होंद दे संघर्ष नूं जित वाले पासे लै जाएगा ते केंद्र सरकार दे सारे भरम भुलेखे दूर करेगा। इस मौके दिल्ली किसान अंदोलन दौरान शहीद होए नवरीत सिंह दे दादा हरदीप सिंह अते मजदूर आगू नवदीप कौर दा विशेष सम्मान किया गया। इस मौके किसान अंदोलन दौरान शहीद होए पंज किसानां दे परिवारां नूं शेरे पंजाब महाराजा रणजीत सिंह यूथ क्लब कोलन जर्मनी वल्लों 51,000 रुपए दे के सम्मान किया गया अते एक NRI परिवार वल्लों 26 जनवरी नूं ट्रैक्टर परेड दौरान होए शहीद नवरीत दे दादा जी नूं गड्डी नाल सम्मानित किया गया। महारैलियां करन दा जिहड़ियां साडे किसान मजदूर संघर्ष कमेटी पंजाब वल्लों महारैलियां कीतियां जा रहियां दुआबे दी धरती ते अज 11 दा इकट्ठ है किसान मजदूर बीबियां दा ਉਹ ਸਾਡਾ ਮਕਸਦ ਇਹੀ ਆ ਜਿਹੜਾ ਦਿੱਲੀ ਵਾਲਾ ਮੋਰਚਾ ਉਹਨੂੰ ਮਜ਼ਬੂਤ ਕੀਤਾ ਜਾਵੇ। ਦਿੱਲੀ ਵਾਲੇ ਮੋਰਚੇ 'ਚ ਲੋਕ ਵੱਧ ਤੋਂ ਵੱਧ ਸ਼ਾਮਿਲ ਹੋਣ, ਲਾਮਬੰਦੀ ਲੋਕਾਂ ਦੀ ਕੀਤੀ ਜਾਵੇ, ਲੋਕਾਂ ਨੂੰ ਜਾਗਰਤ ਕੀਤਾ ਜਾਵੇ। ਅਜੇ ਵੀ ਜਿਹੜੇ ਲੋਕ ਘਰਾਂ 'ਚ ਬੈਠੇ ਆ ਸੁੱਤੇ ਆ ਉਹਨਾਂ ਨੂੰ ਮੈਦਾਨ ਦੇ ਵਿੱਚ ਲਿਆਂਦਾ ਜਾਵੇ ਅਤੇ ਹਰ ਹਾਲਤ 'ਚ ਮੋਦੀ ਸਰਕਾਰ ਨੂੰ ਝੁਕਣ ਵਾਸਤੇ ਮਜ਼ਬੂਤ ਕੀਤਾ ਜਾਵੇ। ਕੀ ਲੱਗਦਾ ਕਿ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੁਣ ਤੱਕ ਜਿਹੜਾ ਤੁਸੀਂ ਮੋਰਚੇ ਦੇ ਨਾਲ ਜੁੜੇ ਹੋਏ ਆ, ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹੋ, ਕੀ ਲੱਗਦਾ ਕਿ ਇਹ ਮੋਰਚਾ ਕਿਸ ਤਰ੍ਹਾਂ ਫਤਿਹ ਹੋਊਗਾ? ਇਹ ਮੋਰਚਾ ਵਸ਼ ਫਤਿਹ ਹੋਏਗਾ, ਇਹ ਮੋਰਚਾ ਲੋਕਾਂ ਦੇ ਦਬਾਅ ਨਾਲ ਫਤਿਹ ਹੋਏਗਾ, ਇਹ ਲੋਕਾਂ ਦੀ ਲਾਮਬੰਦੀ ਨਾਲ ਫਤਿਹ ਹੋਏਗਾ। 21 ਸੂਬਿਆਂ ਦੇ ਵਿੱਚ ਇਹ ਮੋਰਚਾ ਫੈਲ ਚੁੱਕਾ ਇਸ ਟਾਈਮ 'ਤੇ, 21 ਸੂਬਿਆਂ ਦੇ ਵਿੱਚ ਪੂਰੇ ਲਾਮਬੰਦੀ ਚੱਲ ਰਹੀ ਆ ਕਿਉਂਕਿ ਮੋਦੀ ਸਰਕਾਰ ਦਾ ਜਿਹੜਾ ਨੀਤੀਆਂ ਵਾ ਉਹ ਸਾਰਿਆਂ ਨੂੰ ਪਿੰਚ ਕਰ ਰਹੀਆਂ, ਚਾਹੇ ਉਹ ਖਪਤਕਾਰ ਆ, ਚਾਹੇ ਉਹ ਦੁਕਾਨਦਾਰ ਆ, ਚਾਹੇ ਉਹ ਛੋਟਾ ਵਪਾਰੀ ਆ, ਚਾਹੇ ਉਹ ਆੜ੍ਹਤੀ ਆ, ਚਾਹੇ ਉਹ ਮਜ਼ਦੂਰ ਆ, ਚਾਹੇ ਉਹ ਕਿਸਾਨ ਆ, ਚਾਹੇ ਉਹ ਕੋਈ ਵੀ ਆ, ਉਹਨੂੰ ਇਹ ਨੀਤੀਆਂ ਪਿੰਚ ਕਰ ਰਹੀਆਂ। ਬੇਰੁਜ਼ਗਾਰੀ ਫੈਲ ਰਹੀ ਆ, ਕਰਜ਼ੇ ਲੋਕਾਂ ਨੇ ਚੜ ਰਹੇ ਆ, ਖੁਦਕੁਸ਼ੀਆਂ ਹੋ ਰਹੀਆਂ, ਜਿਹੜੇ ਲੋਕਾਂ ਤੋਂ ਪੜ੍ਹਾਈ ਖੋਈ ਆ ਰਹੀ ਆ, ਲੋਕਾਂ ਦੀ ਜਿਹੜੀ ਆ ਸਿਰ ਸਹੂਲਤਾਂ ਉਹ ਖੋਈਆਂ ਜਾ ਰਹੀਆਂ ਵਾ, ਜਿਹੜੇ ਆ ਬਿਲਕੁਲੋਂ ਨਿੱਜੀਕਰਨ ਜਿਹੜਾ ਵਾ ਉਹ ਵੱਡੀ ਪੱਧਰ 'ਤੇ ਕੀਤਾ ਜਾ ਰਿਹਾ, ਬੈਂਕਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ। ਇਸ ਕਰਕੇ ਮੋਦੀ ਸਰਕਾਰ ਦੀਆਂ ਜਿਹੜੀਆਂ ਨਿੱਜੀਕਰਨ ਦੀਆਂ ਨੀਤੀਆਂ ਉਹਦੇ ਖਿਲਾਫ ਦੇਸ਼ ਖੜਾ ਹੋ ਰਿਹਾ ਅਤੇ ਮੋਦੀ ਸਰਕਾਰ ਨੂੰ ਹਰ ਹਾਲਤ 'ਚ ਝੁਕਣਾ ਪਵੇਗਾ। ਅਤੇ ਅੱਜ ਮੈਂ ਸੁਲਤਾਨਪੁਰ ਲੋਧੀ ਇੱਕ ਪਿੱਤਰ ਧਰਤੀ ਦੇ ਉੱਤੇ ਆਈ ਹੋਈ ਹਾਂ ਜਿੱਥੇ ਮੈਨੂੰ ਦੇਖ ਕੇ ਲੋਕਾਂ ਦਾ ਜਿਹੜਾ ਜੋਸ਼ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਲੋਕਾਂ ਦੇ ਵਿੱਚ ਜੋਸ਼ ਘਟਿਆ ਨਹੀਂ ਹੈਗਾ, ਲੋਕਾਂ ਠਾਠਾ ਮਾਰਦਾ ਹੋਇਆ ਇਕੱਠ ਕਿਸ ਤਰੀਕੇ ਦੇ ਨਾਲ ਤਕਰੀਰਾਂ ਸੁਣ ਰਿਹਾ ਹੈ। ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਾਫੀ ਗੋਦੀ ਮੀਡੀਆ ਜਾਂ ਫਿਰ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਧੀਮਾ ਪੈ ਗਿਆ, ਠੰਡਾ ਪੈ ਗਿਆ, ਪਰ ਅਸੀਂ ਦੇਖਦੇ ਹਾਂ ਕਿ ਅੰਦੋਲਨ ਜਿੰਨੇ ਵੀ ਹੋਏ ਆ ਉਹਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ, ਯੂਥ ਪਿੱਛੇ ਨਹੀਂ ਹੋਇਆ, ਯੂਥ ਹੋਰ ਵੀ ਅੱਗੇ ਆ ਰਿਹਾ, ਜਿਹਦੇ ਕਰਕੇ ਅਸੀਂ ਦੇਖ ਰਹੇ ਹਾਂ ਕਿ ਯੂਥ ਨੂੰ ਪਿੱਛੇ ਕਰਨ ਦੇ ਲਈ ਲਗਾਤਾਰ ਸਟੇਸ਼ਨ ਚਾਰਜ ਲਗਾਏ ਜਾ ਰਹੇ ਨੇ, UAP NSA ਜਾਂ ਫਿਰ ਦੇਸ਼ ਧਰੋਹੀ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ, ਜਾਂ ਫਿਰ ਇਹ ਕਿਹਾ ਜਾਂਦਾ ਹੈ ਕਿ ਉਹ ਹਿੰਸਾ ਭੜਕਾ ਰਹੇ ਨੇ। ਤਾਂ ਅਸੀਂ ਇਹ ਦੇਖਦੇ ਹਾਂ ਕਿ ਸਰਕਾਰਾਂ ਲਗਾਤਾਰ ਕਮਜ਼ੋਰ ਹੋ ਰਹੀਆਂ ਨੇ, ਜਿਹਦੇ ਕਰਕੇ ਇਹ ਕਹਿ ਰਹੇ ਨੇ ਕਿ ਇਹ ਹਿੰਸਾ ਭੜਕਾ ਰਹੇ ਨੇ ਜਾਂ ਫਿਰ ਇਹ ਖਾਲਿਸਤਾਨੀ ਨੇ, ਇਹ ਜਾਟ ਨੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਉਹ ਮਿਹਨਤ ਕਰ ਜਨਤਾ ਜਿਹੜੀ ਰੋਟੀ ਖਾਂਦੀ ਆ, ਜਿਹਦਾ ਪੇਟ ਭਰਦਾ ਉਹ ਹਰ ਇਨਸਾਨ ਇੱਥੇ ਸ਼ਾਮਿਲ ਆ, ਕਿਉਂਕਿ ਅੱਜ ਦੀਆਂ ਸਰਕਾਰਾਂ ਨੇ ਇੰਨਾ ਤਾਨਾਸ਼ਾਹ ਰਵੱਈਆ ਅਪਣਾ ਲਿਆ ਹੈ ਕਿ ਉਹ ਲੋਕਾਂ ਤੋਂ ਬਿਨਾਂ ਪੁੱਛੇ ਕਾਨੂੰਨ ਪਾਸ ਕਰਦੀ ਆ। ਕਾਨੂੰਨ ਉਦੋਂ ਤੱਕ ਕਾਨੂੰਨ ਹੁੰਦਾ ਹੈ ਜਦੋਂ ਤੱਕ ਜਨਤਾ ਉਹਨੂੰ ਸਵੀਕਾਰਦੀ ਆ, ਜੇਕਰ ਉਹ ਜਨਤਾ ਦੇ ਹੱਕ ਵਿੱਚ ਨਹੀਂ ਹੈਗਾ ਉਹ ਕਾਨੂੰਨ ਨਹੀਂ ਬਣ ਸਕਦਾ। ਪਰ ਫਿਰ ਵੀ ਸਾਡੇ ਲੋਕਾਂ ਤੋਂ ਬਿਨਾਂ ਪੁੱਛੇ ਇਹੋ ਜਿਹੇ ਕਾਨੂੰਨ ਪਾਸ ਕੀਤੇ ਜਾ ਰਹੇ ਆ ਜਿਹੜੇ ਦਲਾਲਾਂ ਦੇ ਲਈ ਕੀਤੇ ਜਾ ਰਹੇ, ਜਿਹੜੇ ਵੱਡੇ ਵੱਡੇ ਅਮੀਰ ਦੇਸ਼ ਆ ਜਿਹੜੇ ਇੱਥੇ ਆ ਕੇ ਵੱਡੀਆਂ ਵੱਡੀਆਂ ਕਾਰਪੋਰੇਟ ਘਰਾਣੇ ਜਿਹੜੇ ਇੱਥੇ ਆ ਕੇ ਸਾਡੇ ਦੇਸ਼ ਨੂੰ ਖਰੀਦ ਰਹੇ ਨੇ। ਜਿਹੜੇ ਅੰਧ ਭਗਤ ਨੇ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡੀਆਂ ਆਵਾਜ਼ਾਂ ਬੁਲੰਦ ਨੇ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ, ਸਾਡੇ ਸਰੀਰ ਕਮਜ਼ੋਰ ਨੇ ਪਰ ਸਾਡੀ ਸੋਚ ਜਿਹੜੀ ਸਾਡੀ ਬਹੁਤ ਜ਼ਿਆਦਾ ਬੁਲੰਦ ਆ। ਅਸੀਂ ਬੁਲੰਦ ਹੌਸਲੇ ਵਾਲੇ, ਅਸੀਂ ਭਗਤ ਸਿੰਘ ਦੇ ਵਾਰਸ ਹਾਂ, ਇਸੇ ਕਰਕੇ ਸਾਡੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਇਸ ਮੌਕੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਾਰਿਆਂ ਨੇ ਖੜ੍ਹੇ ਹੋ ਕੇ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਸਕਾਈ ਨਿਊਜ਼ ਪੰਜਾਬ ਲਈ ਕਪੂਰਥਲਾ ਤੋਂ ਸੁਨੀਲ ਗੋਗਨਾ ਦੀ ਰਿਪੋਰਟ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।